ਆਰਥਿਸਚੋਨ ਕਮਿਸ਼ਨ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਜਰਨਲ ਤੇ ਪੁਲਿਸ ਆਬਜ਼ਰਵਰਾਂ ਨੂੰ ਨਿਯੁਕਤ ਕੀਤਾ ਹੈ ਇਹ ਆਬਜ਼ਰਵਰ 14 ਮਈ ਨੂੰ ਆਪਣਾ ਕੰਮਕਾਜ ਸੰਭਾਲਣ ਕੀ ਪੰਜਾਬ ਦੇ ਮੁੱਖ ਜ਼ੋਨ ਅਧਿਕਾਰੀ ਸਿਬਿੰਨ ਸੀ ਨੇ ਦੱਸਿਆ ਕਿ ਵੱਖ-ਵੱਖ ਰਾਜਾਂ ਤੋਂ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ 13 ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਤੇ ਭਾਰਤੀ ਪੁਲਿਸ ਸੇਵਾ ਦੇ 7 ਅਧਿਕਾਰੀ ਪੁਲਿਸ ਆਬਜ਼ਰਵਰ ਨਿਯੁਕਤ ਕੀਤੇ ਗਏ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਲਈ ਕੇ ਮਹੇਸ਼ ਸ਼ਾਮਰਿਸਰ ਪਾਰਲੀਮੈਂਟ ਹਲਕੇ ਲਈ ਸਿਦਾਰਥ ਜੈਨ ਕਡੂਰ ਸਾਹਿਬ ਲਈ ਅਭਿਮਨਿਉ ਕੁਮਾਰ ਜਲੰਧਰ ਲਈ ਜੇ ਮੇਗਾਨੰਥਾ ਰੈਡੀ ਅਤੇ ਹੁਸ਼ਿਆਰਪੁਰ ਲਈ ਡਾਕਟਰ ਆਰ ਅਨੰਦ ਕੁਮਾਰ ਨੂੰ ਜਨਰਲ ਆਬਜ਼ਰਵਰ ਨਿਯੁਕ ਅਨੰਦਪੁਰ ਸਾਹਿਬ ਲਈ ਡਾਕਟਰ ਹੀਰਾ ਲਾਲ ਲੁਧਿਆਣਾ ਲਈ ਦਿਵਿਆ ਮਿੱਤਲ ਫਤਿਹਗੜ੍ਹ ਸਾਹਿਬ ਲਈ ਰਕੇਸ਼ ਸ਼ੰਕਰ ਫਰੀਦਕੋਟ ਲਈ ਰੂਹੀ ਖਾਨ ਫਰੋਜ਼ਪੁਰ ਲਈ ਕਪਿਲ ਮੀਨਾ ਬਠਿੰਡਾ ਲਈ ਡਾਕਟਰ ਐਸ ਪ੍ਰਭਾਕਰ ਸੰਗਰੂਰ ਲਈ ਸ਼ਾਹ ਨਵਾਸ ਐਸ ਤੇ ਪਟਿਆਲਾ ਲੋਕ ਸਭਾ ਹਲਕੇ ਲਈ ਓਮ ਪ੍ਰਕਾਸ਼ ਬਕੂਰੀਆ ਜਨਰਲ ਆਬਜ਼ਰਵਰ ਨਿਯੁਕਤ ਕੀਤੇ ਗਏ ਨੇ ਪਾਰਟੀ ਮਾਲੀਆ ਸੇਵਾ ਦੇ 15 ਅਧਿਕਾਰੀਆਂ ਨੂੰ ਖਰਚਾ ਆਬਜ਼ਰਵਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ